ਇਹ ਭੈਣ ਜੀ ਦਾ ਨਾਮ ਮਧੂ ਆ। ਮੈਂ ਮੇਰਾ ਨਾਮ ਮਧੂ ਮਾਲਾ ਹੈ। ਮੈਂ ਬਿਹਾਰ ਕਰਨ ਵਾਲੇ ਹਾਂ ਔਰ ਮੈਂ ਦੁਸ਼ਟ ਆਤਮਾ ਸੇ ਬਹੁਤ ਮੈਂ ਪਰੇਸ਼ਾਨ ਥੀ। ਮੈਂ ਜਬ ਵਰਸੀ ਹੋਣੇ ਲੱਗਦੇ ਤੋ ਮੈਂ ਬਹੁਤ ਗਿਰ ਜਾਤੇ ਥੇ ਨੀਚੇ ਔਰ ਲੇਟਨੇ ਲੱਗ ਜਾਤੇ ਥੇ। ਬਹੁਤ ਜ਼ਿਆਦਾ ਮੈਂ ਪਰੇਸ਼ਾਨ ਥੀ ਕਿ ਪਰਮੇਸ਼ਰ ਬਹੁਤ ਧੰਨਵਾਦ ਕਰਤੇ ਹੈ ਕਿ ਪਰਮੇਸ਼ਰ ਨੇ ਹਮੇ ਦੁਸ਼ਟ ਆਤਮਾ ਸੇ ਆਜ਼ਾਦ ਕਰ ਦੀਏ ਹੈ। ਔਰ ਜਿਤਨੇ ਭਾਈ ਬਹਿਨ ਪ੍ਰਾਰਥਨਾ ਕੀਏ ਹਮਾਰੇ ਲਈ ਪ੍ਰਭੂ ਔਰ ਇਸਤੇਮਾਲ ਕਰੇ ਬਹੁਤ ਤਾਇਸ ਇਸਤੇਮਾਲ ਕਰੇ ਪਰਮੇਸ਼ਰ। ਕਿੰਨੇ ਜਣਿਆਂ ਨੂੰ ਪਤਾ ਇਹਨਾਂ ਦਾ? ਕਈਆਂ ਨੂੰ ਪਤਾ ਹੈ ਨਾ। ਇਹ ਜਦੋਂ ਚਰਚ ਦੇ ਵਿੱਚ ਆਏ ਆ ਇੰਦਰੇਸ਼ ਜੀ ਇਹਨਾਂ ਨੂੰ ਲੈ ਕੇ ਆਏ ਸੀਗੇ ਔਰ ਉਹ ਦੁਸ਼ਟ ਆਤਮਾ ਵੀ ਇਸ ਤਰੀਕੇ ਦਾ ਸਿਗਾ ਕਰਦਾ ਵੀ ਮੈਂ ਇਹਨੂੰ ਛੱਡਣਾ ਨਹੀਂ, ਇਹ ਮੇਰੀ ਪੂਜਾ ਕਰੇਗਾ, ਇਹਨੇ ਮੇਰੀ ਪੂਜਾ ਕਿਉਂ ਬੰਦ ਕੀਤੀ। ਏਦਾਂ ਉਹ ਗੱਲ ਕਰਦਾ ਸੀ, ਵੀਡੀਓ ਪਈ ਆ ਸਾਡੇ ਕੋਲ, ਜਦੋਂ ਰੂਮ ਦੇ ਵਿੱਚ ਇਹਨਾਂ ਦੇ ਲਈ ਦੁਆ ਕਰਦੇ ਸੀ ਸਾਰੇ। ਅਭੀ ਮੈਂ ਤੁਝੇ ਯਿਸੂ ਕੇ ਨਾਮ ਸੇ ਇਸਕੀ ਬੋਡੀ ਸੇ ਜਾਨੇ ਕੀ ਆਗਿਆ ਦੇਤਾ ਹੂੰ। ਦੁਬਾਰਾ ਇਸਕੇ ਅੰਦਰ ਨਹੀਂ ਆਨਾ, ਦੁਬਾਰਾ ਨਹੀਂ ਆਨਾ ਇਸਕੇ ਅੰਦਰ। ਉਹ ਛੱਡ ਨਹੀਂ ਰਿਹਾ ਸੀ ਇਹਨਾਂ, ਉਹ ਕਹਿੰਦਾ ਮੈਂ ਨਹੀਂ ਛੱਡਣਾ ਕਿਉਂਕਿ ਇਹਨੇ ਮੇਰੀ ਪੂਜਾ ਬੰਦ ਕਰਤੀ, ਮੇਰੀ ਪੂਜਾ ਕਰੀ ਜਾਵੇ ਬਸ। ਫਿਰ ਜਦੋਂ ਉਹਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਡਾਂਟਿਆ, ਉਹਨੂੰ ਕਮਾਂਡ ਕੀਤੀ, ਉਹਨੂੰ ਆਗਿਆ ਦਿੱਤੀ ਜਾਣ ਦੇ ਲਈ ਇਹਨਾਂ ਦੀ ਜ਼ਿੰਦਗੀ ਨੂੰ ਛੱਡ ਕੇ, ਔਰ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਆ। ਅੱਜ ਦੁਸ਼ਟ ਆਤਮਾ ਤੋਂ ਵੀ ਆਜ਼ਾਦ ਆ ਔਰ ਵਚਨ ਦਾ ਵੀ ਗਿਆਨ ਖੁਦਾਬੰਦ ਨੇ ਇਹਨਾਂ ਨੂੰ ਇੰਨਾ ਦਿੱਤਾ ਕਿ ਜਿਹੜੇ ਪੁਰਾਣੇ ਲੋਕ ਇਹਨਾਂ ਨੂੰ ਮਿਲਦੇ ਆ ਉਹ ਮੈਨੂੰ ਆ ਕੇ ਦੱਸਦੇ ਆ, ਕਹਿੰਦੇ ਪਾਸਟਰ ਸਾਹਿਬ ਇਹ ਉਹੀ ਬੀਬੀ ਆ ਜਿਹਨੂੰ ਕੁਛ ਵੀ ਨਹੀਂ ਪਤਾ ਸੀਗਾ, ਔਰ ਅੱਜ ਇੰਨਾ ਵਚਨ ਦਾ ਗਿਆਨ ਹੋ ਗਿਆ ਇਹਨਾਂ ਨੂੰ, ਇੰਨਾ ਖੁਦਾਬੰਦ ਨੂੰ ਆਪਣੀ ਜ਼ਿੰਦਗੀ ਚ ਪਹਿਲ ਦਿੰਦੇ ਆ, ਔਰ ਖੁਦਾਬੰਦ ਨੇ ਪਵਿੱਤਰ ਆਤਮਾ ਦੇ ਨਾਲ ਵੀ ਭਰਿਆ, ਔਰ ਮੇਰੀਆਂ ਅੱਖਾਂ ਬੰਦ ਹੁੰਦੀਆਂ ਜਦੋਂ ਇਹ ਆਜ਼ਾਦ ਦੇ ਚਰਚ ਚ ਮੈਨੂੰ ਪਤਾ ਲੱਗ ਜਾਂਦਾ, ਕਿਉਂਕਿ ਇਹਨਾਂ ਦੇ ਧੰਨਵਾਦ ਦੀ ਆਵਾਜ਼ ਉੱਚੀ ਆ, ਇਹਨਾਂ ਦੇ ਖੁਦਾਬੰਦ ਦੇ ਲਈ ਪਿਆਰ ਬੜਾ ਵਧੀਆ ਆ, ਬਹੁਤ ਅੱਛਾ ਆ, ਔਰ ਜਦੋਂ ਇਹ ਸ਼ੁਕਰ ਕਰਦੇ ਆ ਖੁਦਾਬੰਦ ਦਾ, ਧੰਨਵਾਦ ਕਰਦੇ ਆ ਚਰਚ ਦੇ ਵਿੱਚ ਬੈਠ ਕੇ, ਮੇਰੀਆਂ ਅੱਖਾਂ ਬੰਦ ਹੁੰਦੀਆਂ, ਮੈਨੂੰ ਪਤਾ ਲੱਗ ਜਾਂਦਾ ਆ ਮੈਂ ਜੀ ਆ ਗਿਆ। ਕੀ ਗੱਲ ਖੁਦਾ ਨੂੰ ਨਹੀਂ ਪਤਾ ਹੁੰਦਾ? ਕਿੰਨੇ ਸਮਝ ਪਾ ਰਹੇ? ਔਰ ਅੱਜ ਦੁਸ਼ਟ ਆਤਮਾ ਤੋਂ ਵੀ ਫਰੀ ਆ ਔਰ ਪਵਿੱਤਰ ਆਤਮਾ ਦੇ ਨਾਲ ਖੁਦਾਬੰਦ ਨੇ ਭਰਿਆ ਇਹਨਾਂ ਨੂੰ ਔਰ ਵਚਨ ਦੇ ਨਾਲ ਭਰਿਆ, ਔਰ ਵਾਕਈ ਖੁਦਾਬੰਦ ਨੇ ਇਹਨਾਂ ਦੇ ਉੱਪਰ ਖਾਸ ਹੀ ਕਿਰਪਾ ਕੀਤੀ ਆ, ਮੈਂ ਇਹ ਦੇਖਾਂ। ਖੁਦਾ ਦਾ ਬਹੁਤ ਬਹੁਤ ਧੰਨਵਾਦ।